ਹਾਂ ਜੀ ਦੋਸਤੋ, ਸਤਿ ਸ਼੍ਰੀ ਅਕਾਲ। ਹੋਰ ਸਭ ਠੀਕ ਠਾਕ ਹੋ? ਅਤੇ ਇੱਕ ਮੇਰਾ ਦੋਸਤ ਹੈ ਮਿਲਨਦੀਪ ਜਲੰਧਰ ਤੋਂ, ਉਹਨੇ ਮੈਨੂੰ ਇੱਕ ਤਾਂ ਇਹ ਕੈਮਰਾ ਤੁਸੀਂ ਦੇਖ ਸਕਦੇ ਹੋਗੇ, ਠੀਕ ਹੈ, ਚੱਲਦੀ ਹਾਲਤ ਦੇ ਵਿੱਚ ਹੈ, ਆਹ ਦੇਖੋ ਬਹੁਤ ਵਧੀਆ ਕੈਮਰਾ ਗਾ। ਅਤੇ ਇੱਕ ਇਹ ਸਟੈਂਡ, ਮੈਂ ਉਹਨੂੰ ਮਿਲਣ ਵਾਸਤੇ ਗਿਆ ਸੀਗਾ, ਕਹਿੰਦਾ ਮੇਰੇ ਕੋਲ ਆ ਕੇ ਜਾਈ ਯਾਰ, ਕਹਿੰਦਾ ਮੈਂ ਕਿਹਾ ਚੰਗਾ। ਉਹਨੇ ਮੈਨੂੰ ਇੱਦਾਂ ਹੀ ਦੇਤਾ, ਗਿਫਟ 'ਚ ਹੀ ਦੇਤਾ, ਕਹਿੰਦਾ ਤੂੰ ਲੈ ਆ, ਠੀਕ ਹੈ। ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕੈਮਰਾ, ਪੂਰਾ ਹੈਵੀ 'ਚ ਕੈਮਰਾ, ਵੀਡੀਓ ਵੀ ਬਣਾਉਂਦਾ, ਫੋਟੋਆਂ ਵੀ ਖਿੱਚਦਾ ਗਾ, ਅਤੇ ਸਟੈਂਡ ਵੀ ਪੂਰਾ ਹੈਵੀ ਹੈ, ਆਹ ਦੇਖੋ, ਆਹ ਦੇਖੋ ਪੂਰਾ ਹੈਵੀ ਹੈ, ਤੁਸੀਂ ਦੇਖ ਸਕਦੇ ਹੋ। ਸਾਡੀ ਦੋਸਤੀ ਕਿੱਥੇ ਪਈ ਸੀ? ਅਸੀਂ ਹੇਮਕੁੰਟ ਸਾਹਿਬ ਗਏ ਸੀਗੇ, ਉੱਥੇ ਸਾਡੀ ਲਿਹਾਜ਼ ਪਈ ਸੀਗੀ, ਤੁਸੀਂ ਦੇਖ ਸਕਦੇ ਹੋਗੇ। ਮੈਂ ਪਹਿਲੀ ਵਾਰ ਮਿਲਣ ਲੱਗਿਆ ਸੀ ਉਹਦੇ ਕੋਲ, ਅਸੀਂ ਗਏ ਸੀ ਅੱਗੇ ਅਨੰਦਪੁਰ ਨੈਣਾ ਦੇਵੀ, ਤਾਂ ਉਹ ਕਹਿੰਦਾ ਮੇਰੇ ਕਣੀ ਦੀ ਆਈ, ਕਹਿੰਦਾ ਮੈਂ ਤੈਨੂੰ ਇੱਕ ਚੀਜ਼ ਦਊਂਗਾ, ਨਾਲੇ ਤਾਂ ਉਹ ਇਹ ਮਹਿੰਗਾ ਸਟੈਂਡ ਆ, ਕੋਈ ਹਲਕੇ 'ਚ ਨਹੀਂ, ਮਹਿੰਗਾ ਸਟੈਂਡ ਆ ਔਰ ਮਹਿੰਗਾ ਕੈਮਰਾ। ਦੇਖੋ ਬਾਈ ਨੇ ਇੱਦਾਂ ਹੀ ਮੈਨੂੰ ਗਿਫਟ ਦਿੱਤਾ, ਤੁਸੀਂ ਦੇਖ ਸਕਦੇ ਹੋ।